ਸ਼ਹਿਰ ਮੁਲਤਾਨ ਦੇ ਵਿੱਚ ਇਮਰਾਨ ਖਾਨ ਦਾ ਜਲਸਾ ਤੇ ਟਾਈਮ ਦੇ ਫੋਟੋ ਕਾਫੀ ਆਵਾਮ ਦਾ ਸਮੁੰਦਰ ਹੈ ਜਿਹੜਾ ਕਿ ਜਲਸਾ ਗਾਹ ਤੋਂ ਪਹੁੰਚਦੇ ਪਏ ਜਹਾਂ ਤੱਕ ਮੇਰਾ ਖਿਆਲ ਹੈ ਕਿ ਜਲਸਾ ਗਾਹ ਜੀ ਜਗ੍ਹਾ ਹੈ ਉਹ ਕਾਫੀ ਛੋਟੀ ਪਏ ਸੀ ਆਵਾਮ ਆਉਂਦੀ ਪਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਟਾਈਮ ਘੰਟਾ ਘਰ ਦੇ ਕੋਲ ਚੱਕਾ ਰਹੇ ਇੱਥੇ ਤਕਰੀਬਨ ਇਤਨਾ ਆਵਾਮ ਹੈ ਕਿ ਇੱਥੇ ਬਕਾਇਦਾ ਕਦਮ ਰੱਖਣ ਦੀ ਜਗ੍ਹਾ ਕੋਈ ਨਹੀਂ ਔਰ ਕਾਫੀ ਜ਼ਿਆਦਾ ਰਸ਼ ਹੈ ਔਰ ਟੋਟਲ ਬੰਦੇ ਇਹ ਟਾਈਮ ਜਲਸਾ ਗਾਹ ਤੋਂ ਬੰਦੇ ਪਏ ਜਿਹੜੇ ਕਿ ਕਿਲਾ ਕੋਲ ਕਾਸਿਮ ਬਾਗ ਗਰਾਊਂਡ ਦੀ ਤਰ੍ਹਾਂ ਬੰਦੇ ਪਏ ਇਹ ਟਾਈਮ ਉੱਥੋਂ ਮਜ਼ੀਦ ਜੋੜ ਕੇ ਦੇਖਦੇ ਹਾਂ ਕਿ ਉੱਥੋਂ ਦੇ ਕਿਆ ਹਾਲਾਤ ਹਨ ਅਤੇ ਬਾਹਰੋਂ ਤੋਂ ਕੁਝ ਫੋਟੋ ਦਿਖਾਏ ਪੈਂਦੇ ਟਾਈਮ ਅਜਾ 2 ਘੰਟੇ ਬਾਕੀ ਪੈਣ ਤਾਂ ਇਮਰਾਨ ਖਾਨ ਸਾਹਿਬ ਨੂੰ ਆਉਣਾ ਚਾਹੀਦਾ ਅੱਛਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਟਾਈਮ ਇੱਥੇ ਕਾਫੀ ਆਵਾਮ ਦਾ ਰਸ਼ ਹੈ ਔਰ ਮੁਖਤਲਿਫ ਇਲਾਕੇ ਜੋ ਮੁਖਤਲਿਫ ਅਜ਼ਲਾਅ ਦੇ ਵਿੱਚੋਂ ਜਿਹੜੇ ਕਿ ਜਮਹੂਰੀ ਪੰਜਾਬ ਦੇ ਮੁਖਤਲਿਫ ਜ਼ਿਲ੍ਹੇ ਜਾਂਦੇ ਜੁੱਡਿਆ ਲਗਾਤੇ ਖਾਂ ਹੈ ਜ਼ਿਲ੍ਹਾ ਮੁਜ਼ੱਫਰਗੜ੍ਹ ਹੈ ਉਹਦੇ ਇਲਾਵਾ ਲਈਆ ਹੈ ਉਹਦੇ ਇਲਾਵਾ ਰਾਜਨਪੁਰ ਹੈ ਮੁਖਤਲਿਫ ਇਲਾਕੇ ਤੋਂ ਬੰਦੇ ਆਉਂਦੇ ਪਰ ਜੌਗ ਦਾ ਜੌਗ ਬੰਦੇ ਪਰ ਮੁਖਤਲਿਫ ਦੀਆਂ ਰੇਲੀਆਂ ਆਈਆਂ ਪਰ ਉਹਦੇ ਪਿਆਰ ਚ ਆਇਆ ਕਿਉਂਕਿ ਅਸੀਂ ਆਜ਼ਾਦੀ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ।